ਇਹ ਜਿਹੜਾ ਬਿਆਨ ਆ ਸਿਮਰਨਜੀਤ ਸਿੰਘ ਮਾਨ ਹੋਰਾਂ ਵੱਲੋਂ ਦਿੱਤਾ ਗਿਆ ਹੈ, ਪਹਿਲਾਂ ਵੀ ਉਹਨਾਂ ਨੇ ਕਈ ਵਾਰ ਇਹ ਬਿਆਨ ਦਿੱਤਾ ਸੀ, ਉਦੋਂ ਕੋਈ ਵੱਡੀ ਗੱਲ ਨਹੀਂ ਸੀ, ਤਾਂ ਹੁਣ ਇਹ ਬਹੁਤ ਵੱਡਾ ਇਸ਼ੂ ਆ ਜਿਹੜਾ ਉਹ ਬਣ ਗਿਆ ਹੈ। ਕਿਉਂ ਇਹ 2005 ਦੇ ਵਿੱਚ ਮਾਨ ਸਾਹਿਬ ਨੇ ਬਿਆਨ ਦਿੱਤਾ ਸੀਗਾ, ਉਸ ਵੇਲੇ ਜਿਹੜਾ ਮਾਨ ਸਾਹਿਬ ਦਾ ਬਿਆਨ ਦੇਣ ਦਾ ਸੀਗਾ ਉਹ ਇਹ ਸੀਗਾ ਬਈ ਸਾਡੇ ਜਿਹੜੇ ਸ਼ਹੀਦ ਹੋਏ ਆ 84 ਤੋਂ ਲੈ ਕੇ ਜਿਹੜੇ ਸਿੰਘ ਸ਼ਹੀਦ ਹੋਏ ਆ ਵੀ ਤੁਸੀਂ ਉਹਨਾਂ ਨੂੰ ਆਤੰਕਵਾਦੀ ਕਹਿੰਦੇ ਹੋ, ਅਤੇ ਫਿਰ ਵੀ ਜਿਹੜਾ ਭਗਤ ਸਿੰਘ ਨੇ ਉੱਥੇ ਅਸੈਂਬਲੀ ਦੇ ਵਿੱਚ ਜਿਹੜਾ ਬੰਬ ਸੁੱਟਿਆ ਬਈ ਜੇ ਤੁਸੀਂ ਸੰਵਿਧਾਨ ਦੇ ਹਿਸਾਬ ਨਾਲ ਦੇਖਦੇ ਹੋ ਫਿਰ ਉਹ ਵੀ ਟੈਰਰਿਸਟ ਐਕਟ ਹੈਗਾ। ਅਤੇ ਉੱਥੇ ਫਿਰ ਕਿਸੇ ਵਕੀਲ ਨੇ ਉਹਨਾਂ ਦੇ ਪਟਿਆਲੇ ਕੋਰਟ ਦੇ ਵਿੱਚ ਕੇਸ ਵੀ ਕੀਤਾ ਸੀ ਅਤੇ ਮਾਨ ਸਾਹਿਬ ਉੱਥੋਂ ਜਿੱਤ ਕੇ ਆਏ ਸੀਗੇ। ਆਮ ਆਦਮੀ ਪਾਰਟੀ ਨੇ ਆਪਣੇ ਸੋਰਸ ਵਰਤ ਕੇ ਸਰਕਾਰੀ ਪੈਸਾ ਜਿਹੜਾ ਬਿਕਾਊ ਮੀਡੀਆ ਨੂੰ ਦੇ ਕੇ ਮਾਨ ਸਾਹਿਬ ਤੋਂ ਦੁਬਾਰਾ ਉਹ ਕਢਾ ਕੇ ਬਿਆਨ 'ਤੇ ਉਹ ਦੁਬਾਰਾ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਜਿਹੜੀਆਂ ਪਾਰਟੀਆਂ ਨੇ ਉੱਥੇ ਅਕਾਲੀ ਦਲ ਵੀ ਮਾਨ ਸਾਹਿਬ ਦੇ ਖਿਲਾਫ ਬੋਲ ਰਿਹਾ ਹੈ, ਉੱਥੇ ਕਾਂਗਰਸ ਵੀ ਮਾਨ ਸਾਹਿਬ ਦੇ ਖਿਲਾਫ ਬੋਲ ਰਹੀ ਹੈ, ਜਿਹੜੀ ਆਪ ਪਾਰਟੀ ਹੈ BJP ਹੈ ਉਹ ਵੀ ਖਿਲਾਫ਼ ਬੋਲ ਰਹੀ ਹੈ। ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਤੁਸੀਂ ਭਗਤ ਸਿੰਘ 'ਤੇ ਜੇ ਰਾਜਨੀਤੀ ਕਰ ਰਹੇ ਹੋ ਅਤੇ ਰਾਜਨੀਤੀ ਕਰਨ ਦੇ ਨਾਲ ਤੁਸੀਂ ਸੰਵਿਧਾਨ ਦੇ ਜਿੱਥੇ ਜਾ ਕੇ ਜੇ ਤੁਸੀਂ ਸਹੁੰ ਚੱਕਦੇ ਹੋ ਤੁਸੀਂ ਉੱਥੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਵੀ ਫਿਰ ਦਵਾ ਕੇ ਦਿਖਾਓ। ਮਾਨ ਸਿੰਘ ਜੀ ਦਾ ਬਿਆਨ ਆਇਆ ਵੀ ਜਿਹੜਾ ਹਰਿਮੰਦਰ ਸਾਹਿਬ ਦੇ ਵਿੱਚ SGPC ਦੇ ਅਜਾਇਬ ਘਰ ਆ ਉੱਥੇ ਵੀ ਭਗਤ ਸਿੰਘ ਦੀ ਫੋਟੋ ਹਟਾਈ ਜਾਵੇ, ਅਤੇ ਉਹਦੇ ਵਿੱਚ ਇਹੀ ਹੈ ਵੀ ਜਿਹੜਾ ਭਗਤ ਸਿੰਘ ਨੇ ਅਖੀਰ ਦੇ ਵਿੱਚ ਦੇਵਗਿਰੀ ਦੇ RSS ਦਾ ਆਪਣੇ ਅਪਣਾ ਲਿਆ ਸੀ ਅਤੇ ਉਹਨਾਂ ਨੇ ਗੁਰੂ ਸਾਹਿਬਾਨ ਨੂੰ ਅਤੇ ਪੰਜਾਬੀ ਲਿਪੀ ਨੂੰ ਸਿਰੇ ਤੋਂ ਨਕਾਰਤਾ ਸੀਗਾ ਵੀ ਇਹ ਵੀ ਇੱਕ ਪੂਰੀ ਭਾਸ਼ਾ ਨਹੀਂ ਹੈਗੀ, ਵੀ ਦੇਵਗਿਰੀ ਭਾਸ਼ਾ ਸਾਨੂੰ ਇੱਕ ਨੇਸ਼ਨ ਦੇ ਵਿੱਚ ਪੂਰੀ ਚਲਾਉਣੀ ਚਾਹੀਦੀ ਹੈ ਜੋ RSS ਦਾ ਮੁੱਦਾ ਹੈਗਾ। ਇਹਨਾਂ ਨੇ 50 ਕਰੋੜ ਰੁਪਇਆ ਹੁਣ ਨਾਲ ਦੇ ਸੂਬਿਆਂ ਦੇ ਵਿੱਚ ਇਹਨਾਂ ਨੇ ਆਪਣੀ ਐਡਵਰਟਾਈਜ਼ ਲਈ ਲਾਇਆ ਹੈਗਾ ਪੰਜਾਬ ਸਰਕਾਰ ਨੇ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਹਰਿਆਣਾ ਅਤੇ ਹਿਮਾਚਲ ਦੇ ਵਿੱਚ ਵੀ ਜਿਹੜੇ ਇਲੈਕਸ਼ਨ ਆਉਣ ਵਾਲੇ ਆ, ਅਤੇ ਜਿਵੇਂ ਉਹਨਾਂ ਨੇ ਇੱਥੇ ਭਗਤ ਸਿੰਘ ਦੇ ਨਾਂ 'ਤੇ ਰਾਜਨੀਤੀ ਕਰੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਹਰਿਆਣਾ ਦੇ ਉੱਥੇ ਹਿਮਾਚਲ ਦੇ ਵਿੱਚ ਵੀ ਕਰਨੀ ਸੀ। ਪਰ ਮਾਨ ਸਾਹਿਬ ਨੇ ਉੱਥੇ ਜਾ ਕੇ ਜਦੋਂ ਇਹ ਬਿਆਨ ਦਿੱਤਾ ਅਤੇ ਇਹਨਾਂ ਨੂੰ ਹੋਇਆ ਵੀ ਸਾਡੀ ਤਾਂ ਸਿਆਸਤ ਖਤਮ ਹੋ ਜੂਗੀ, ਕਿਉਂਕਿ ਜਦ ਭਗਤ ਸਿੰਘ ਦੇ ਗੱਲ ਆ ਜਾਣੀ ਉੱਥੇ ਲੋਕਾਂ ਨੇ ਸਵਾਲ ਕਰਨਾ ਬਈ ਜਿਹੜੀ ਚੀਜ਼ 'ਤੇ ਤੁਸੀਂ ਸਿਆਸਤ ਕਰ ਰਹੇ ਹੋ ਉਹ ਚੀਜ਼ ਨੂੰ ਤੁਸੀਂ ਅੱਜ ਤੱਕ ਸ਼ਹੀਦੀ ਦਾ ਦਰਜਾ ਤਾਂ ਦਵਾਇਆ ਨਹੀਂ ਹੈਗਾ, ਕਿਉਂਕਿ ਜਿਹੜੀ SGPC ਇਸ ਵਕਤ ਜਿਹੜੀ ਇਹ ਬਾਦਲਾਂ ਦੇ ਹੱਥਾਂ ਦੇ ਵਿੱਚ ਆ। ਸੋ ਜਦੋਂ ਤੱਕ ਆਪਾਂ ਆਪਣੇ ਜਿਹੜੇ ਚੀਜ਼ਾਂ ਨੇ ਆਪਣੇ ਧਾਰਮਿਕ ਸਥਾਨ ਨੇ ਜਦ ਤੱਕ ਆਪਾਂ ਉਹਨਾਂ ਤੋਂ ਨਹੀਂ ਛੱਡਦੇ ਉਦੋਂ ਤੱਕ ਸਾਡੀ ਕੌਮ ਨਾਲ ਇਹ ਵਧੀਕੀਆਂ ਹੁੰਦੀਆਂ ਰਹਿਣੀਆਂ ਨੇ। 84 ਦੇ ਵਿੱਚ ਉਹਨਾਂ ਨੇ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ, ਟੈਟਲਰ ਵਰਗੇ ਨੂੰ ਸਾਰਿਆਂ ਨੂੰ ਜ਼ਮਾਨਤਾਂ ਦਿੱਤੀਆਂ, ਉਹ ਤੋਂ ਬਾਅਦ ਉਹਨਾਂ ਨੇ ਇੱਕ ਉੱਥੇ ਜਿਹੜਾ ਵਿਧਵਾ ਕਲੋਨੀ ਬਣਾ ਕੇ ਉੱਥੇ ਸਾਨੂੰ ਇਹ ਜਿਤਾਇਆ ਗਿਆ ਵੀ ਤੁਹਾਡੇ ਇੰਨੇ ਲੋਕ ਅਸੀਂ ਵਿਧਵਾ ਕਰਤੀਆਂ ਸੀ ਬੀਬੀਆਂ। ਸੋ ਕੌਮ ਕਦੋਂ ਸਮਝੂਗੀ। ਸੰਗਰੂਰ ਤੋਂ MP ਸਿਮਰਨਜੀਤ ਸਿੰਘ ਮਾਨ ਨੇ ਇੱਕ ਬਿਆਨ ਦਿੱਤਾ ਸੀ ਸ਼ਹੀਦ ਭਗਤ ਸਿੰਘ ਬਾਰੇ, ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਆ ਜਿਹੜੀ ਹੋ ਰਹੀ ਹੈ। ਸਾਡੇ ਨਾਲ ਅੰਮ੍ਰਿਤਪਾਲ ਸਿੰਘ ਛਿੰਦੜਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਇਹ ਜਿਹੜਾ ਜੀ ਬਿਆਨ ਆ ਸਿਮਰਨਜੀਤ ਸਿੰਘ ਮਾਨ ਹੋਰਾਂ ਵੱਲੋਂ ਦਿੱਤਾ ਗਿਆ ਹੈ, ਅਤੇ ਪਹਿਲਾਂ ਵੀ ਉਹਨਾਂ ਨੇ ਕਈ ਵਾਰ ਇਹ ਬਿਆਨ ਦਿੱਤਾ ਸੀ, ਉਦੋਂ ਕੋਈ ਵੱਡੀ ਗੱਲ ਨਹੀਂ ਸੀ, ਤਾਂ ਹੁਣ ਇਹ ਬਹੁਤ ਵੱਡਾ ਇਸ਼ੂ ਆ ਜਿਹੜਾ ਉਹ ਬਣ ਗਿਆ ਹੈ। ਕਿਉਂ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਇਹ 2005 ਦੇ ਵਿੱਚ ਮਾਨ ਸਾਹਿਬ ਨੇ ਬਿਆਨ ਦਿੱਤਾ ਸੀਗਾ, ਉਸ ਵੇਲੇ ਜਿਹੜਾ ਮਾਨ ਸਾਹਿਬ ਦਾ ਬਿਆਨ ਦੇਣ ਦਾ ਸੀਗਾ ਉਹ ਇਹ ਸੀਗਾ ਬਈ ਸਾਡੇ ਜਿਹੜੇ ਸ਼ਹੀਦ ਹੋਏ ਆ 84 ਤੋਂ ਲੈ ਕੇ ਜਿਹੜੇ ਸਿੰਘ ਸ਼ਹੀਦ ਹੋਏ ਆ ਵੀ ਤੁਸੀਂ ਉਹਨਾਂ ਨੂੰ ਆਤੰਕਵਾਦੀ ਕਹਿੰਦੇ ਹੋ, ਅਤੇ ਫਿਰ ਵੀ ਜਿਹੜਾ ਭਗਤ ਸਿੰਘ ਨੇ ਉੱਥੇ ਅਸੈਂਬਲੀ ਦੇ ਵਿੱਚ ਜਿਹੜਾ ਬੰਬ ਸੁੱਟਿਆ ਬਈ ਜੇ ਤੁਸੀਂ ਸੰਵਿਧਾਨ ਦੇ ਹਿਸਾਬ ਨਾਲ ਦੇਖਦੇ ਹੋ ਫਿਰ ਉਹ ਵੀ ਟੈਰਰਿਸਟ ਐਕਟ ਹੈਗਾ, ਅਤੇ ਫਿਰ ਤੁਸੀਂ ਉਹਨਾਂ ਨੂੰ ਕੀ ਕਹਿੰਦੇ ਹੋ। ਅਤੇ ਉੱਥੇ ਫਿਰ ਕਿਸੇ ਵਕੀਲ ਨੇ ਉਹਨਾਂ ਦੇ ਪਟਿਆਲੇ ਕੋਰਟ ਦੇ ਵਿੱਚ ਕੇਸ ਵੀ ਕੀਤਾ ਸੀ ਅਤੇ ਮਾਨ ਸਾਹਿਬ ਉੱਥੋਂ ਜਿੱਤ ਕੇ ਆਏ ਸੀਗੇ, ਅਤੇ ਇਹ ਹੁਣ ਆਮ ਆਦਮੀ ਪਾਰਟੀ ਨੇ ਆਪਣੇ ਸੋਰਸ ਵਰਤ ਕੇ ਸਰਕਾਰੀ ਪੈਸਾ ਜਿਹੜਾ ਬਿਕਾਊ ਮੀਡੀਆ ਨੂੰ ਦੇ ਕੇ ਮਾਨ ਸਾਹਿਬ ਤੋਂ ਦੁਬਾਰਾ ਉਹ ਕਢਾ ਕੇ ਬਿਆਨ 'ਤੇ ਉਹ ਦੁਬਾਰਾ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਵੀ ਕਿਤੇ ਮਾਨ ਸਾਹਿਬ ਜਿਹੜੇ ਆ ਵੀ ਭਗਤ ਸਿੰਘ ਦੇ ਖਿਲਾਫ਼ ਕੋਈ ਲੜਾਈ ਜਾਂ ਹੈ ਨਾ ਵੀ ਕਰ ਰਹੇ ਆ, ਉਹਨਾਂ ਨੇ ਉਹਨਾਂ ਨੂੰ ਗਲਤ ਕਹਿਤਾ ਜੀ। ਪਰ ਅਸੀਂ ਇਹਨਾਂ ਜਿਹੜੀਆਂ ਪਾਰਟੀਆਂ ਨੇ ਉੱਥੇ ਅਕਾਲੀ ਦਲ ਵੀ ਮਾਨ ਸਾਹਿਬ ਦੇ ਖਿਲਾਫ਼ ਬੋਲ ਰਿਹਾ ਹੈ, ਉੱਥੇ ਕਾਂਗਰਸ ਵੀ ਮਾਨ ਸਾਹਿਬ ਦੇ ਖਿਲਾਫ਼ ਬੋਲ ਰਹੀ ਹੈ, ਅਤੇ ਉੱਥੇ ਦੂਜੇ ਪਾਸੇ ਹੀ ਆਪਣੇ ਜਿਹੜੀ ਆਪ ਪਾਰਟੀ ਹੈ BJP ਹੈ ਉਹ ਵੀ ਖਿਲਾਫ਼ ਬੋਲ ਰਹੀ ਹੈ। ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਤੁਸੀਂ ਭਗਤ ਸਿੰਘ 'ਤੇ ਜੇ ਰਾਜਨੀਤੀ ਕਰ ਰਹੇ ਹੋ ਅਤੇ ਰਾਜਨੀਤੀ ਕਰਨ ਦੇ ਨਾਲ ਤੁਸੀਂ ਸੰਵਿਧਾਨ ਦੇ ਵਿੱਚ ਜਿੱਥੇ ਜਾ ਕੇ ਜੇ ਤੁਸੀਂ ਸਹੁੰ ਚੱਕਦੇ ਹੋ ਤੁਸੀਂ ਉੱਥੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਵੀ ਫਿਰ ਦਵਾ ਕੇ ਦਿਖਾਓ। ਫਿਰ ਇਹ ਤੁਸੀਂ ਇੱਕ ਜੇ ਅਸੀਂ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
ਸਾਡੇ ਸ਼ਹੀਦ ਸਿੰਘਾਂ 'ਤੇ ਰਾਜਨੀਤੀ ਕਰਦੀ ਰਹੀ। ਅਸੀਂ ਹਰ ਇੱਕ ਟਾਈਮ ਉਹਨਾਂ ਦਾ ਸੰਤਾਂ ਦਾ ਨਾਮ ਪਹਿਲ ਦੇ ਆਧਾਰ 'ਤੇ ਨਾਲ ਲੈ ਕੇ ਚੱਲਦੇ। ਸਾਡੇ ਹਰ ਇੱਕ ਪੋਸਟਰ ਫਲੈਕਸ 'ਤੇ ਸੰਤਾਂ ਦੀ ਫੋਟੋ ਨਾਲ ਹੁੰਦੀ ਹੈ, ਸਾਡੇ ਸ਼ਹੀਦ ਸਿੰਘਾਂ ਦੀ ਗੱਲ ਹੁੰਦੀ ਹੈ, ਅਤੇ ਅਸੀਂ ਉਹਨਾਂ ਦਾ ਹਰ ਇੱਕ ਸਾਲ ਜਨਮ ਦਿਨ ਵੀ ਮਨਾਉਂਦੇ ਹਾਂ, ਉਹਨਾਂ ਸ਼ਹੀਦੀ ਦਿਵਸ ਵੀ ਮਨਾਉਂਦੇ ਹਾਂ। ਸੋ ਤੁਸੀਂ ਕਿਉਂ ਨਹੀਂ ਬਈ ਜੇ ਮੰਨਦੇ ਹੋ ਉਹਨਾਂ ਨੂੰ ਸ਼ਹੀਦ 'ਤੇ ਫਿਰ ਮਨਾਓ ਅਤੇ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਵੀ ਦਵਾਓ। ਅਸੀਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਇੱਥੇ ਕੀਤੀ ਹੈ ਉੱਥੇ ਅਸੀਂ ਇਹੀ ਮੇਨ ਰੱਖਿਆ ਬਈ ਜਿਹੜੇ ਤੁਸੀਂ ਪੁਰਾਣੇ ਮੁੱਦੇ ਚੱਕ ਕੇ ਲੈ ਕੇ ਆ ਰਹੇ ਹੋ ਵੀ ਉਹ ਪੁਰਾਣੇ ਮੁੱਦਿਆਂ ਨੂੰ ਛੱਡ ਕੇ ਜਿਹੜੇ ਤੁਸੀਂ ਪੰਜਾਬ ਦੀ ਸਰਕਾਰ ਨਾਲ ਪੰਜਾਬ ਦੇ ਲੋਕਾਂ ਨਾਲ ਜਿਹੜੇ ਤੁਸੀਂ ਵਾਅਦੇ ਕੀਤੇ ਸੀਗੇ ਜਦੋਂ ਤੁਸੀਂ 92 MLA ਜਿਹੜੇ ਤੁਹਾਡੇ ਪੰਜਾਬ ਦੇ ਲੋਕਾਂ ਨੇ ਜਿਤਾਏ ਨੇ, ਤੁਸੀਂ ਉਹ ਮੁੱਦਿਆਂ ਨੂੰ ਛੱਡ ਕੇ ਜਿਹੜੇ ਤੁਸੀਂ ਭਗਤ ਸਿੰਘ ਨੂੰ ਲੈ ਕੇ ਰੌਲਾ ਪਾ ਰਹੇ ਹੋ ਉਹਦੇ ਥਾਂ 'ਤੇ ਤੁਸੀਂ ਪੰਜਾਬ ਦੇ ਮੁੱਦਿਆਂ ਨੂੰ ਅੱਗੇ ਲੈ ਕੇ ਆਓ ਜਿਹੜੇ ਤੁਸੀਂ ਵਾਅਦੇ ਕੀਤੇ ਆ ਲੋਕਾਂ ਨਾਲ। ਇਮਾਨ ਸਿੰਘ ਮਾਨ ਹੋਰਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਭਗਤ ਸਿੰਘ ਦੀ ਫੋਟੋ ਆ ਜਿਹੜੀ ਉਹ ਸਿੱਖ ਅਜਾਇਬ ਘਰ ਵਿੱਚੋਂ ਹਟਾਈ ਜਾਵੇ, ਇਸ ਗੱਲ ਦਾ ਵਿਰੋਧ ਵੀ ਹੋ ਰਿਹਾ, ਤਾਂ ਉਸਦੇ ਬਾਰੇ ਤੁਹਾਡੀ ਪਾਰਟੀ ਕੀ ਕਹਿਣਾ ਚਾਹੁੰਦੀ ਹੈ? ਅਮਾਨ ਸਿੰਘ ਜੀ ਦਾ ਬਿਆਨ ਆਇਆ ਵੀ ਜਿਹੜਾ ਹਰਿਮੰਦਰ ਸਾਹਿਬ ਦੇ ਵਿੱਚ SGPC ਦੇ ਅਜਾਇਬ ਘਰ ਆ ਉੱਥੇ ਵੀ ਭਗਤ ਸਿੰਘ ਦੀ ਫੋਟੋ ਹਟਾਈ ਜਾਵੇ, ਅਤੇ ਉਹਦੇ ਵਿੱਚ ਇਹੀ ਹੈ ਵੀ ਜਿਹੜਾ ਭਗਤ ਸਿੰਘ ਨੇ ਅਖੀਰ ਦੇ ਵਿੱਚ ਦੇਵਗਿਰੀ ਦੇ RSS ਦਾ ਆਪਣੇ ਅਪਣਾ ਲਿਆ ਸੀ ਅਤੇ ਉਹਨਾਂ ਨੇ ਗੁਰੂ ਸਾਹਿਬਾਨ ਨੂੰ ਅਤੇ ਪੰਜਾਬੀ ਲਿਪੀ ਨੂੰ ਸਿਰੇ ਤੋਂ ਨਕਾਰਤਾ ਸੀਗਾ ਵੀ ਇਹ ਵੀ ਇੱਕ ਪੂਰੀ ਭਾਸ਼ਾ ਨਹੀਂ ਹੈਗੀ, ਵੀ ਦੇਵਗਿਰੀ ਭਾਸ਼ਾ ਸਾਨੂੰ ਇੱਕ ਨੇਸ਼ਨ ਦੇ ਵਿੱਚ ਪੂਰੀ ਚਲਾਉਣੀ ਚਾਹੀਦੀ ਹੈ ਜੋ RSS ਦਾ ਮੁੱਦਾ ਹੈਗਾ। ਸੋ ਮੈਂ ਇਹੀ ਕਹਿੰਦਾ ਵੀ ਜਿਹੜੀ ਹਰਿਮੰਦਰ ਸਾਹਿਬ ਦੀ ਆਪਣਾ ਜਿਹੜਾ ਅਜਾਇਬ ਘਰ ਆ ਉਹ ਸਿੱਖਾਂ ਦੀ ਇੱਕ ਸਰਮੋਰ ਗੁਰਦੁਆਰਾ ਹੈਗਾ, ਇਤਿਹਾਸਿਕ ਗੁਰਦੁਆਰਾ ਸਾਹਿਬ ਆ, ਅਤੇ ਉੱਥੇ ਜੇ ਕੋਈ ਫੋਟੋ ਲੱਗਦੀ ਹੈ ਤਾਂ ਉਹ ਕੌਮ ਦੇ ਨਾਲ ਜੁੜੇ ਹੋਏ ਸ਼ਹੀਦਾਂ ਦੀ ਲੱਗੇ, ਨਾ ਕਿ ਕੋਈ ਰਾਸ਼ਟਰ ਦੇ ਜਿਹੜੇ ਹਜੇ ਰਾਸ਼ਟਰ ਵੱਲੋਂ ਵੀ ਸ਼ਹੀਦ ਨਹੀਂ ਮੰਨਿਆ ਜਾ ਰਿਹਾ ਅਤੇ ਉਹਨਾਂ ਦੀ ਫੋਟੋ ਨਾ ਲੱਗੇ। ਅਸੀਂ ਵੀ ਇਹੀ ਮੰਗ ਕਰਦੇ ਹਾਂ ਜੀ। ਮਾਨ ਸਾਹਿਬ ਨੇ ਪਹਿਲਾਂ ਵੀ ਬਿਆਨ ਦਿੱਤਾ ਸੀ ਸੰਗਰੂਰ ਦੀਆਂ ਚੋਣਾਂ ਤੋਂ, ਉਦੋਂ ਕੋਈ ਬਹੁਤੀ ਸਿਆਸਤ ਨਹੀਂ ਸੀ ਹੁੰਦੀ, ਉਦੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਸੀ, ਪਰ ਜਦੋਂ ਕਰਨਾਲ ਦੇ ਵਿੱਚ ਉਹਨਾਂ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਤਾਂ ਆਮ ਆਦਮੀ ਪਾਰਟੀ ਦੇ 92 ਦੇ 92 ਚੁਣੇ ਹੋਏ ਵਿਧਾਇਕ ਉਹਨਾਂ ਦੇ ਖਿਲਾਫ਼ ਬੋਲਦੇ ਨੇ, ਤਾਂ ਕੀ ਲੱਗਦਾ ਕਿ ਉਹ ਪਹਿਲਾਂ ਵੀ ਬੋਲ ਸਕਦੇ ਸੀ, ਪਹਿਲਾਂ ਕਿਉਂ ਨਹੀਂ ਬੋਲੇ? ਉਹ ਇਸ ਕਰਕੇ ਜੀ ਕਿਉਂਕਿ ਇਹਨਾਂ ਨੇ 50 ਕਰੋੜ ਰੁਪਇਆ ਹੁਣ ਨਾਲ ਦੇ ਸੂਬਿਆਂ ਦੇ ਵਿੱਚ ਇਹਨਾਂ ਨੇ ਆਪਣੀ ਐਡਵਰਟਾਈਜ਼ ਲਈ ਲਾਇਆ ਹੈਗਾ ਪੰਜਾਬ ਸਰਕਾਰ ਨੇ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਹਰਿਆਣਾ ਅਤੇ ਹਿਮਾਚਲ ਦੇ ਵਿੱਚ ਵੀ ਜਿਹੜੇ ਇਲੈਕਸ਼ਨ ਆਉਣ ਵਾਲੇ ਆ, ਅਤੇ ਜਿਵੇਂ ਉਹਨਾਂ ਨੇ ਇੱਥੇ ਭਗਤ ਸਿੰਘ ਦੇ ਨਾਂ 'ਤੇ ਰਾਜਨੀਤੀ ਕਰੀ ਹੈ, ਆਉਣ ਵਾਲੇ ਟਾਈਮ ਦੇ ਵਿੱਚ ਹਰਿਆਣਾ ਅਤੇ ਉੱਥੇ ਹਿਮਾਚਲ ਦੇ ਵਿੱਚ ਵੀ ਕਰਨੀ ਸੀ, ਪਰ ਮਾਨ ਸਾਹਿਬ ਨੇ ਉੱਥੇ ਜਾ ਕੇ ਜਦੋਂ ਇਹ ਬਿਆਨ ਦਿੱਤਾ ਅਤੇ ਇਹਨਾਂ ਨੂੰ ਹੋਇਆ ਵੀ ਸਾਡੀ ਤਾਂ ਸਿਆਸਤ ਹੀ ਖਤਮ ਹੋਜੂ, ਕਿਉਂਕਿ ਜਦ ਭਗਤ ਸਿੰਘ ਦੇ ਗੱਲ ਆ ਜਾਣੀ ਉੱਥੇ ਲੋਕਾਂ ਨੇ ਸਵਾਲ ਕਰਨਾ ਬਈ ਜਿਹੜੀ ਚੀਜ਼ 'ਤੇ ਤੁਸੀਂ ਸਿਆਸਤ ਕਰ ਰਹੇ ਹੋ ਉਹ ਚੀਜ਼ ਨੂੰ ਤੁਸੀਂ ਅਜੇ ਤੱਕ ਸ਼ਹੀਦੀ ਦਾ ਦਰਜਾ ਤਾਂ ਦਵਾਇਆ ਨਹੀਂ ਹੈਗਾ, ਅਤੇ ਫਿਰ ਤੁਸੀਂ ਉਹ ਇਕੱਲੇ ਭਗਤ ਸਿੰਘ 'ਤੇ ਕਿਵੇਂ ਸਿਆਸਤ ਕਰ ਰਹੇ ਹੋ? ਸੋ ਉਸ ਚੀਜ਼ ਨੂੰ ਇਹ ਬਖਲਾੜ ਦੇ ਵਿੱਚ ਜਿਹੜੇ ਗੁੰਗੇ ਬੋਲੇ 92 MLA ਸੀਗੇ ਉਹ ਵੀ ਡਮਰੂ ਵਾਂਗੂ ਵੱਜਣ ਲੱਗ ਗਏ, ਵੀ ਜਿਵੇਂ ਡਮਰੂ ਵਜਾਉਂਦਾ ਹੀ ਹਲਾਇਆ ਹੀ ਵੱਜਦਾ ਨਾ, ਉਹ ਵੀ ਉਵੇਂ ਵੱਜਣ ਲੱਗ ਗਏ ਆ। ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਵਿਰੋਧੀ ਸਰਕਾਰਾਂ ਨੇ ਉਹ ਕਹਿੰਦੀਆਂ ਨੇ ਕਿ ਇਹ ਪਾਰਟੀ ਆ ਜਿਹੜੀ ਦਿੱਲੀ ਤੋਂ ਚੱਲਦੀ ਆ, ਮੁੱਖ ਮੰਤਰੀ ਤੱਕ ਦੇ ਟਵੀਟ ਨੇ ਜਿਹੜੇ ਉਹ ਦਿੱਲੀ ਤੋਂ ਭੇਜੇ ਜਾਂਦੇ ਨੇ, ਉਹ ਆਪਣੇ ਸਿਰ ਟਵੀਟ ਕਰਦੇ ਨੇ, ਤਾਂ ਤੁਹਾਡੀ ਪਾਰਟੀ ਦਾ ਇਸ ਬਾਰੇ ਕੀ ਕਹਿਣਾ? ਮੈਂ ਤਾਂ ਕਹਿੰਦਾ ਵੀ ਹੁਣ ਤੱਕ ਆਪਾਂ ਜਿੰਨੀਆਂ ਵੀ ਪਾਰਟੀਆਂ ਦੇਖਦੇ ਹਾਂ, ਤੁਸੀਂ ਕਾਂਗਰਸ ਨੂੰ ਦੇਖ ਲਓ, ਅਕਾਲੀ ਦਲ ਨੂੰ ਦੇਖ ਲਓ, ਜਾਂ BJP ਨੂੰ ਦੇਖ ਲਓ, ਜਾਂ ਹੁਣ ਆਪ ਨੂੰ ਦੇਖ ਲਓ, ਇਹ ਸਾਰੀਆਂ ਉੱਥੇ ਦਿੱਲੀ ਤੋਂ ਹੀ ਚੱਲਦੀਆਂ ਨੇ। ਕਿਹੋ ਜਿਹੀ ਕਿਹੜੀ ਪਾਰਟੀ ਹੈ ਜਿਹੜੀ ਨਹੀਂ ਚੱਲਦੀ? ਹੁਣ ਜੇ ਅਕਾਲੀ ਦਲ ਨੂੰ ਕਹੀਏ, ਅਕਾਲੀ ਦਲ ਜੇ ਕਹਿੰਦੇ ਵੀ ਅਸੀਂ ਆਪ ਮਹਾਰੇ ਚੱਲਦੇ ਹਾਂ, ਹੁਣ BJP ਦੇ ਕਰਕੇ ਉਹਨਾਂ ਨੂੰ ਫਿਰ BJP ਦੇ ਆਪਣੇ SGPC ਕਰਕੇ ਇਲੈਕਸ਼ਨ ਕਰਕੇ ਵੀ ਇਹਨਾਂ ਦੇ ਇਲੈਕਸ਼ਨ ਨਾ ਹੋ ਜਾਣ, ਫਿਰ ਉਹਨਾਂ ਦੀ BJP ਦੀ ਗੋਦੀ ਜਾ ਕੇ ਬਹਿਣਾ ਪਿਆ। ਸੋ ਇਹ ਤਾਂ ਇੱਕ ਲੋਕਾਂ ਨੂੰ ਪਰਦਾ ਦਿਖਾਇਆ ਗਿਆ ਵੀ ਅਸੀਂ ਵੀ ਵਾਕਾਂ ਜਿੰਨੀਆਂ ਇਹ ਪਾਰਟੀਆਂ ਨੇ ਦਿੱਲੀ ਤੋਂ ਚੱਲਦੀਆਂ ਆ ਰਹੀਆਂ ਨੇ, ਸਾਡੇ ਦੀ ਭਰਾ ਨੇ ਵੀ ਜਾਂ ਸਾਡੀ ਪਾਰਟੀ ਨੇ 40 ਸਾਲ ਤੋਂ ਇਹੀ ਦੱਸਦੇ ਆ ਰਹੇ ਆ ਵੀ ਜਿਹੜੀ ਵੀ ਕੋਈ ਪਾਰਟੀ ਦਿੱਲੀ ਤੋਂ ਚੱਲਦੀ ਆਊਗੀ ਜਾਂ ਦਿੱਲੀ ਤੋਂ ਜਿਹੜੇ ਹੁਕਮ ਆਉਣਗੇ ਉਹ ਇੱਥੇ ਪੰਜਾਬ 'ਚ ਲਾਗੂ ਹੋਣਗੇ, ਉਹ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ। ਇਸ ਵਾਰ ਲੋਕਾਂ ਨੇ ਦੱਸ ਦਿੱਤਾ ਸੰਗਰੂਰ ਦੀ ਇਲੈਕਸ਼ਨ ਦੇ ਵਿੱਚ, ਅਤੇ ਮੈਂ ਹੁਣ ਅੱਗੇ ਵੀ ਕਹਿੰਦਾ ਵਾਂ ਵੀ ਜੇ ਨੌਜਵਾਨੀ ਨੂੰ ਆਪ ਮਹਾਰੇ ਜੇ ਉਹਨਾਂ ਨੂੰ ਆਪਣੇ ਪੰਜਾਬ ਦੇ ਹੱਕ ਲੈਣੇ ਆ ਜਾਂ ਪੰਜਾਬ ਦੀ ਗੱਲਾਂ ਆਪਾਂ ਅੱਗੇ ਲੈ ਕੇ ਜਾਣੀਆਂ ਨੇ, ਤਾਂ ਉੱਥੇ ਮਾਨ ਸਾਹਿਬ ਇੱਕੋ ਇੱਕ ਲੀਡਰ ਜਿਹੜੇ ਆ ਵੀ ਕੌਮ ਨੂੰ ਦੇਖ ਰਹੇ ਆ, ਉਸ ਕਰਕੇ ਉਹਨਾਂ ਦਾ ਕਰੈਕਟਰ ਜਿਹੜਾ ਹੈਗਾ ਵੀ ਖਰਾਬ ਕਰਿਆ ਜਾ ਰਿਹਾ। ਸੁਖਬੀਰ ਸਿੰਘ ਬਾਦਲ ਦੀ ਗੱਲ ਕਰਦੇ ਹਾਂ, ਜਦੋਂ ਉਹ ਪੰਜਾਬ ਦੇ ਡਿਪਟੀ CM ਸੀ ਤਾਂ ਮੀਡੀਆ ਵੱਲੋਂ ਪੁੱਛਿਆ ਗਿਆ ਸੀ ਬੰਦੀ ਸਿੰਘਾਂ ਦੀ ਰਿਹਾਈ ਬਾਰੇ, ਤਾਂ ਉਦੋਂ ਉਹਨਾਂ ਨੇ ਕਿਹਾ ਸੀ ਕਿ ਮੈਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਕੁਝ ਨਹੀਂ ਕਰ ਸਕਦੇ, ਔਨ ਰਿਕਾਰਡ ਆਏ ਚੀਜ਼, ਤਾਂ ਹੁਣ ਇਲੈਕਸ਼ਨ ਸੀ ਸੰਗਰੂਰ ਦੇ ਤਾਂ ਉਹਨਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਆ ਜਿਹੜੀ ਚੁੱਕੀ ਜਾਂਦੀ ਹੈ, ਤਾਂ ਇਸ ਨੂੰ ਕਿਵੇਂ ਦੇਖਦੇ ਹੋ? ਮੈਂ 19 ਦੇ ਇਲੈਕਸ਼ਨ ਵੀ ਸੁਖਬੀਰ ਬਾਦਲ ਦੇ ਦੇਖੇ, ਉੱਥੇ BJP ਨਾਲ ਇਹਨਾਂ ਦਾ ਅਲਾਇੰਸ ਸੀਗਾ, ਉਦੋਂ ਮਰੇਲਕੋਟਲੇ ਦੇ ਵਿੱਚ ਬਾਬਰੀ ਮਸਜਿਦ ਕਰਕੇ ਇਹਨਾਂ ਨੇ ਮੋਦੀ ਦੀ ਫੋਟੋ ਨਹੀਂ ਲਾਈ। ਸੋ ਉਹ ਤੋਂ ਪਹਿਲਾਂ ਜੇ ਆਪਾਂ ਦੇਖੀਏ ਵੀ ਹਰਿਮੰਦਰ ਸਾਹਿਬ ਦੇ ਵਿੱਚ ਜਿਹੜੇ ਕਾਂਗਰਸ ਨੇ ਟੈਂਕ ਚਾੜੇ ਅਤੇ ਚੜਵਾਏ ਜਿਹੜੇ ਸੀਗੇ ਉਹ ਅਕਾਲੀ ਦਲ ਨੇ ਸੀਗੇ, ਉਹ ਤੋਂ ਬਾਅਦ
ਜਿਹੜਾ ਅਕਾਲੀ ਦਲ ਦਾ ਜਿਹੜਾ ਹੈਗਾ ਬਈ ਉਹਨਾਂ ਦੀ ਸਰਕਾਰਾਂ ਦੇ ਵਿੱਚ ਸਾਡੇ ਸਿੱਖਾਂ ਨਾਲ ਕਿੰਨਾ ਘਾਣ ਹੁੰਦਾ ਰਿਹਾ, ਉਹ ਤੋਂ ਬਾਅਦ ਬੇਅੰਤ ਸਿੰਘ ਦੀ ਸਰਕਾਰ ਆਈ, ਅੱਜ ਤੱਕ ਇਹਨਾਂ ਨੇ ਕਦੇ ਵੀ ਕੋਈ ਆਵਾਜ਼ ਨਹੀਂ ਉਠਾਈ ਸਾਡੇ ਪੰਜਾਬ ਦੇ ਹੱਕ ਦੀ। ਉਹ ਤੋਂ ਬਾਅਦ ਜਿਹੜਾ ਹੁਣ ਵੀ ਆਪਾਂ ਦੇਖਦੇ ਹਾਂ, ਇਹ ਹੁਣ ਗੱਲਾਂ ਕਰਦੇ ਆ ਵੀ ਅਸੀਂ ਬਈ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ, ਜਿਹੜੇ ਹੁਣ ਤੱਕ ਨੌਜਵਾਨ ਇਹਨਾਂ ਨੇ ਸ਼ਹੀਦ ਕਰੇ ਆ, ਜਿਨ੍ਹਾਂ ਦੀਆਂ ਧੀਆਂ ਭੈਣਾਂ ਇਹਨਾਂ ਨੰਗੀਆਂ ਕਰਕੇ ਉਹਨਾਂ ਦੇ ਪਿਓਾਂ 'ਤੇ ਪਾਈਆਂ, ਉਹ ਇਹਨਾਂ ਦੀ ਸਰਕਾਰ ਦੇ ਵਿੱਚ ਹੋਇਆ, ਉਹ ਉਹਨਾਂ ਨੂੰ ਸਿੰਘ ਨਹੀਂ ਦਿਖੇ। ਅੱਜ ਇਹ ਜਿਹੜੀ ਰਾਜਨੀਤੀ ਕਰ ਰਹੇ ਆ, ਮੈਂ ਤਾਂ ਉਹਨਾਂ ਨੂੰ ਪਰਿਵਾਰਾਂ ਨੂੰ ਵੀ ਕਹਿਣਾ ਚਾਹੁੰਦਾ ਵਾਂ ਵੀ ਕੌਮ ਇੱਕ ਹੱਦ ਤੱਕ ਤੁਹਾਡਾ ਸਾਥ ਦੇ ਸਕਦੀ ਹੈ ਜਦੋਂ ਤੁਸੀਂ ਕੌਮੀ ਤੌਰ 'ਤੇ ਕੌਮ ਦਾ ਸਾਥ ਨਾਲ ਚੱਲ ਰਹੇ ਹੋ। ਜੇ ਤੁਸੀਂ ਕੌਮ ਤੋਂ ਉਲਟ ਚੱਲੋਗੇ ਤਾਂ ਕੌਮ ਤੁਹਾਨੂੰ ਸਿਰੇ ਤੋਂ ਨਕਾਰ ਦੇਊਗੀ। ਉਹ ਤੁਹਾਡੇ ਸਾਹਮਣੇ ਆ, ਰਜਵਾਣਾ ਸਾਹਿਬ ਦੀ ਭੈਣ ਜੀ ਨੂੰ ਚੌਥੇ ਨੰਬਰ 'ਤੇ ਆਏ ਆ ਅਤੇ 50,000 ਤੋਂ ਥੱਲੇ ਵੋਟ ਪਈ ਆ। ਸੁਖਬੀਰ ਬਾਦਲ ਵੱਲੋਂ ਇੱਕ ਹੋਰ ਬਿਆਨ ਦਿੱਤਾ ਗਿਆ ਸੀ, ਉਹਨਾਂ ਦਾ ਕਹਿਣਾ ਕਿ ਸਿਮਰਨਜੀਤ ਸਿੰਘ ਮਾਨਤਾ ਕਿਸੇ ਵੇਲੇ ਕੁਝ ਵੀ ਕਹਿ ਸਕਦੇ ਨੇ। ਉਹ ਕਹਿ ਸਕਦੇ ਆ ਕਿਉਂਕਿ ਹੁਣ ਜਦੋਂ ਇਹ ਉੱਥੇ ਗਿਆ ਅਤੇ ਉਹਨਾਂ ਨੇ ਇਹਨਾਂ ਨੂੰ ਜਵਾਬ ਦਿੱਤਾ ਤਾਂ ਫਿਰ ਇਹਨੂੰ ਬੁਲਾਗਿਆ ਹੁਣ ਪਤਾ ਵੀ ਇਹ ਕੁਛ ਵੀ ਕਹਿ ਸਕਦੇ ਆ। ਇਹਦੇ ਵਾਂਗੂ ਤਾਂ ਨਹੀਂ ਕਹਿ ਸਕਦੇ ਮੇਰੇ ਵੀ ਪਿਤਾ ਸਮਾਨ ਫਾਦਰ ਸਾਹਿਬ ਬਾਦਲ ਨੂੰ, ਇਹ ਤਾਂ ਨਹੀਂ ਕਹਿ ਸਕਦੇ। ਸਾਡੇ ਤਾਂ ਜਿਹੜੇ ਤੁਸੀਂ ਹੁਣ ਤੱਕ ਮਾਨ ਸਾਹਿਬ ਦੇ ਜੇ ਕੋਈ ਵੀ ਬਿਆਨ ਦੇਖਦੇ ਹੋ, ਉਹਨਾਂ ਦੇ ਤੱਤਾਂ ਦੇ ਆਧਾਰ 'ਤੇ ਜਿਹੜੀ ਲੜਾਈ ਆ ਉਹ ਹਮੇਸ਼ਾ ਲੜੀ ਆ, ਨਾ ਕਿ ਉਹਨਾਂ ਨੇ ਬੇਤੁਕੇ ਕਦੇ ਜਵਾਬ ਦਿੱਤੇ ਆ ਜਾਂ ਨਾ ਬੇਤੁਕੇ ਉਹਨਾਂ ਨੇ ਲੜਾਈ ਕਦੇ ਲੜੀ ਹੈ। ਜੋ ਲੜਾਈ ਲੜੀ ਉਹਨਾਂ ਨੇ ਕੌਮ ਦੀ ਲੜਾਈ ਲੜੀ ਹੈ। ਅੱਜ ਜਦੋਂ ਕਿਸੇ ਟਾਈਮ ਸੰਤਾਂ ਦਾ ਨਾਮ ਲੈਣ ਤੋਂ ਵੀ ਲੋਕ ਡਰਦੇ ਸੀ, ਉਸ ਵੇਲੇ ਮਾਨ ਸਾਹਿਬ ਨੇ ਅੱਜ ਤੋਂ 24 ਸਾਲ ਪਹਿਲਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਨ ਮਨਾਇਆ, ਜਿੱਥੇ ਅੱਜ ਵੀ 12 ਫਰਵਰੀ ਨੂੰ ਮਨਾਇਆ ਜਾਂਦਾ। ਕਈ ਇਹ ਚੀਜ਼ 'ਤੇ ਸਵਾਲ ਵੀ ਕਰਦੇ ਆ ਵੀ ਮਾਨ ਸਾਹਿਬ ਦਾ ਉਸ ਵੇਲੇ ਜਨਮ ਦਿਨ ਨਹੀਂ ਹੁੰਦਾ, ਪਰ ਮਾਨ ਸਾਹਿਬ ਨੇ ਉਹ ਮਨ 'ਚ ਫੁਰਨ ਆਇਆ ਵੀ ਸੰਤਾਂ ਦਾ ਜਿਹੜਾ ਨਾਮ ਆ ਉਹ ਕਦੇ ਵੀ ਨਹੀਂ ਕਿਤੇ ਵੀ ਲਿਆ ਜਾ ਰਿਹਾ, ਅਤੇ ਉਹਨਾਂ ਨੇ ਕਿਹਾ ਵੀ ਆਪਾਂ ਜਨਮ ਦਿਨ ਮਨਾਉਣਾ, ਅਤੇ ਉਹਨਾਂ ਨੇ ਉਹ ਐਜ਼ ਏ ਇੰਟੇ ਵੀ 5-10 ਦਿਨਾਂ ਦੇ ਵਿੱਚ ਉਹ ਜਨਮ ਦਿਨ ਮਨਾਉਣਾ ਸ਼ੁਰੂ ਕੀਤਾ। ਅਤੇ ਉਸ ਵੇਲੇ ਸਰਕਾਰਾਂ ਦਾ ਪੂਰਾ ਜ਼ੋਰ ਸੀ, ਕਿਤੇ ਪੋਸਟਰ ਨਹੀਂ ਲੱਗਣ ਦਿੱਤੇ, ਛਪਣ ਨਹੀਂ ਦਿੱਤੇ, ਫਿਰ ਵੀ ਮਾਨ ਸਾਹਿਬ ਨੇ ਉਹ ਚੀਜ਼ ਨੂੰ ਜਿਹੜਾ ਡਰ ਆ ਲੋਕਾਂ ਦੇ ਵਿੱਚੋਂ ਕੱਢਿਆ। ਅੱਜ ਜਿਹੜੇ ਆਪਾਂ ਫਰੀਡਮ ਲੈਂਦੇ ਹਾਂ ਨਾ, ਫੋਟੋਆਂ ਲਾਉਂਦੇ ਹਾਂ ਸੰਤਾਂ ਦੀਆਂ, ਆਪਣੀਆਂ ਗੱਡੀਆਂ 'ਤੇ ਲਾਉਂਦੇ ਹਾਂ ਜਾਂ ਆਪਣੇ ਟੈਟੂ ਬਣਾਉਂਦੇ ਹਾਂ ਸੰਤਾਂ ਦੇ, ਉਹ ਹੱਕ ਵੀ ਮਾਨ ਸਾਹਿਬ ਨੇ ਦਿੱਤੇ ਆ, ਉਹ ਬੇਤੁਕੇ ਨਹੀਂ ਲੜਾਈ ਲੜੀ। ਪੰਜਾਬ ਦਾ ਇੱਕ ਐਸਾ ਮਸਲਾ ਹੈ ਜਿਸ ਦੇ ਅੱਗੇ ਹੋਰ ਸਾਰੇ ਮਸਲੇ ਨੇ ਜਿਹੜੇ ਉਹ ਫਿੱਕੇ ਪੈ ਜਾਂਦੇ ਨੇ। ਤੁਹਾਡੀ ਪਾਰਟੀ ਪੰਥ ਦੀ ਨੁਮਾਇੰਦਗੀ ਕਰਦੀ ਆ, ਬੇਅਦਬੀ ਦੇ ਮਸਲੇ ਉੱਤੇ ਅੱਜ ਤੱਕ ਇਨਸਾਫ ਆ ਜਿਹੜਾ ਨਹੀਂ ਮਿਲਿਆ। ਮੋਗੇ ਵਿੱਚ 3-3 ਸਾਲ ਦੀ ਸਜ਼ਾ ਹੈ ਜਿਹੜੀ ਉਹ ਸੁਣਾਈ ਗਈ ਸੀ, ਲੇਕਿਨ ਦੋਸ਼ੀਆਂ ਵੱਲੋਂ ਜ਼ਮਾਨਤ ਆ ਜਿਹੜੀ ਉਹ ਲੈ ਲਈ ਜਾਂਦੀ ਹੈ, ਤਾਂ ਕੀ ਲੱਗਦਾ ਕਿ ਬੇਅਦਬੀ ਦੇ ਮੁੱਦੇ 'ਤੇ ਇਨਸਾਫ ਲਈ ਕਿੰਨਾ ਕੁ ਸੰਘਰਸ਼ ਹੋਰ ਕਰਨਾ ਪਊ? ਉੱਥੇ ਇਹੀ ਗੱਲ ਹੈ ਵੀ ਜਦੋਂ ਤੁਹਾਡਾ ਰਾਜ ਨਹੀਂ ਹੁੰਦਾ ਤਾਂ ਤੁਹਾਨੂੰ ਸੰਘਰਸ਼ ਕਰਨਾ ਪੈਂਦਾ। ਸੰਘਰਸ਼ ਸਾਡੀ ਪਾਰਟੀ ਪਹਿਲਾਂ ਤੋਂ ਕਰਦੀ ਆ ਰਹੀ ਹੈ, ਉਹ ਤੋਂ ਇਕੱਲੀ ਬਰਗਾੜੀ ਦੇ ਬੇਅਦਬੀ ਨਹੀਂ ਹੈਗੀ, ਹੋਰ ਪੰਜਾਬ ਦੇ ਵਿੱਚ ਕਿੰਨੀਆਂ ਬੇਅਦਬੀਆਂ ਹੋਈਆਂ। ਮਾਨ ਸਾਹਿਬ ਨੇ ਉੱਥੇ ਆਪਣੀ ਆਵਾਜ਼ ਰੇਜ਼ ਕੀਤੀ ਅਤੇ ਲੜਾਈ ਵੀ ਲੜੀ ਹੈ। ਉਹਦੇ ਨਾਲ ਨਾਲ ਜਿਹੜੇ 357 ਸਰੂਪ ਜਿਹੜੇ ਆਪਣੇ ਹਰਿਮੰਦਰ ਸਾਹਿਬ ਦੇ ਵਿੱਚ ਜਿਹੜੇ ਗੈਪ ਹੋਇਆ, ਉਹਦੀ ਵੀ ਅਸੀਂ ਲੜਾਈ ਜਿਹੜੀ ਹੈ ਕੋਰਟ ਦੇ ਵਿੱਚ ਲੜ ਰਹੇ ਹਾਂ, ਅਤੇ SGPC ਨੂੰ ਸਵਾਲ ਪੁੱਛੇ ਹੋਏ। SGPC ਦੇ ਇਲੈਕਸ਼ਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲਗਾਤਾਰ ਆ ਜਿਹੜੇ ਸਵਾਲ ਪੁੱਛੇ ਜਾਂਦੇ ਨੇ, ਤਾਂ ਕੀ ਲੱਗਦਾ ਕਿ SGPC ਦੇ ਜਿਹੜੇ ਇਲੈਕਸ਼ਨ ਨੇ ਉਹ ਕਿਉਂ ਨਹੀਂ ਹੋ ਰਹੇ, ਕਿਹੜੀ ਚੀਜ਼ ਆ ਜਿਹੜੀ ਇਸ ਦੇ ਵਿੱਚ ਰੋਕਾਂ ਬਣ ਰਹੀ ਆ? ਇਹਨਾਂ ਨੇ ਅੱਜ ਤੋਂ 11 ਸਾਲ ਹੋ ਗਏ ਆ ਜਿਹੜੇ ਸਾਡੇ ਇਲੈਕਸ਼ਨ ਨਹੀਂ ਹੋਏ ਹੈਗੇ, ਇਹਨਾਂ ਨੇ ਉੱਥੇ ਇੱਕ ਲਾਈਨ ਪਾ ਦਿੱਤੀ ਵੀ ਜੇ ਕੋਈ ਰੁਕਾਵਟ ਆਊਗੀ ਉਦੋਂ ਤੱਕ, ਰੁਕਾਵਟ ਜਦ ਤੱਕ ਹਟਦੀ ਨਹੀਂ ਉਦੋਂ ਤੱਕ ਅਸੀਂ ਵੀ ਨਹੀਂ ਕਰਾਂਗੇ, ਅਤੇ BJP ਦੀ ਸਰਕਾਰ ਨਾਲ ਇਹਨਾਂ ਦੀ ਭਾਈਬੰਦੀ ਹੋਰ ਕਰਕੇ ਇਹ ਇਲੈਕਸ਼ਨ ਆਉਣ ਨਹੀਂ ਦੇ ਰਹੇ। ਇਸੇ ਕਰਕੇ ਤਾਂ ਸਾਡੀ ਜਿਹੜੀ ਪਾਰਟੀ ਹੈ ਇੰਨੀ ਦੇਰ ਤੋਂ ਲੜਾਈ ਲੜਦੀ ਆ ਰਹੀ ਹੈ, ਅਤੇ ਨੌਜਵਾਨੀ ਨੂੰ ਅਤੇ ਲੋਕਾਂ ਨੂੰ ਜਗਾ ਰਹੇ ਆ ਵੀ ਆਪਣੇ ਅਸਲ ਹੱਕ ਪਛਾਣੋ, ਅਤੇ ਅਸਲ ਆਪਣੀ ਜਿਹੜੀ ਕੌਮ ਦੀ ਪਾਰਟੀ ਆ ਉਹਨੂੰ ਪਛਾਣ ਕੇ ਆਪਾਂ ਉਹਨਾਂ ਦਾ ਸਾਥ ਦਈਏ, ਨਾ ਕਿ ਜਿਹੜੀਆਂ ਇਹ ਇੱਕ ਨੈਰੇਟਿਵ ਪਹਿਲਾਂ ਜਿਹੜਾ ਇਹਨਾਂ ਨੇ ਸਿਰਜਿਆ ਸੀ ਵੀ ਮਾਨ ਸਾਹਿਬ ਨੇ ਕਿਰਪਾਨ ਕਿਹੜਾ ਵੀ ਗੱਤਕਾ ਖੇਲਣਾ ਸੀਗਾ ਉਸ ਵੇਲੇ, ਉਦੋਂ ਮੀਡੀਆ ਨਹੀਂ ਸੀਗਾ, ਪਰ ਅੱਜ ਮੀਡੀਆ ਦਾ ਯੁੱਗ ਆ, ਨੌਜਵਾਨ ਸਾਰੇ ਆ ਸਮਝਦਾਰ ਆ, ਉਹ ਦੇਖਦੇ ਆ ਅਤੇ ਉਹ ਸਾਰੇ ਗੱਲ ਸਮਝਦੇ ਆ ਜਿਹੜੀ ਇਹ ਸਾਡੇ 'ਤੇ ਨੈਰੇਟਿਵ ਕਰਨਾ ਚਾਹੁੰਦੇ ਆ, ਉਹ ਇਸ ਵਾਰ ਨਹੀਂ ਬਣਨਾ ਅਤੇ ਇਸ ਵਾਰ ਨੌਜਵਾਨੀ ਸਾਡੇ ਨਾਲ ਆ ਜੀ। ਪੰਜਾਬ 'ਚ ਇਹ ਗੱਲ ਦਾ ਸਵਾਲ ਆ ਜਿਹੜਾ ਅਕਸਰ ਚੁੱਕਿਆ ਜਾਂਦਾ ਕਿ ਜਿਹੜੇ ਕੌਨਵੈਂਟ ਸਕੂਲ ਨੇ ਉਹਨਾਂ ਵਿੱਚੋਂ ਪੰਜਾਬੀ ਆ ਜਿਹੜੀ ਉਸ 'ਤੇ ਬੈਨ ਲੱਗ ਜਾਂਦਾ ਹੈ, ਜਦਕਿ ਸ਼੍ਰੋਮਣੀ ਕਮੇਟੀ ਬਾਰੇ ਵੱਡੇ ਸਵਾਲ ਚੁੱਕੇ ਜਾਂਦੇ ਨੇ। ਅਗਰ ਸ਼੍ਰੋਮਣੀ ਕਮੇਟੀ ਚਾਹੇ ਤਾਂ ਪੰਜਾਬ ਦੇ ਜਿਹੜੇ ਸਿੱਖ ਵਿਦਿਆਰਥੀ ਨੇ ਜਾਂ ਹੋਰ ਵੀ ਵੱਖ ਵੱਖ ਧਰਮਾਂ ਨਾਲ ਸੰਬੰਧਿਤ ਵਿਦਿਆਰਥੀ ਨੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ਵਿੱਚ ਸਸਤੀ ਵਿੱਦਿਆ ਜਿਹੜੀ ਉਹ ਦਿੱਤੀ ਜਾ ਸਕਦੀ ਹੈ ਜਾਂ ਉਹਨਾਂ ਨੂੰ ਮੁਫ਼ਤ ਵੀ ਪੜ੍ਹਾਇਆ ਜਾ ਸਕਦਾ ਹੈ, ਪਰ ਜਿਹੜੀ ਆਪਣੀ ਕੌਮ ਆ, ਕੌਮ ਦੀ ਸਿਰਮੌਰ ਸੰਸਥਾ SGPC ਉਸ ਵੱਲੋਂ ਸਿੱਖਿਆ ਦੇ ਖੇਤਰ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ। ਇਸੇ ਗੱਲ ਦਾ ਭਾਈ ਸਾਹਿਬ ਰੋਣਾ ਵਾ ਕਿਉਂਕਿ ਜਿਹੜੀ SGPC ਹੈ ਇਸ ਵਕਤ ਜਿਹੜੀ ਇਹ ਬਾਦਲਾਂ ਦੇ ਹੱਥਾਂ ਦੇ ਵਿੱਚ ਆ, ਸੋ ਜਦੋਂ ਤੱਕ ਆਪਾਂ ਆਪਣੇ ਜਿਹੜੇ ਚੀਜ਼ਾਂ ਨੇ ਆਪਣੇ ਧਾਰਮਿਕ ਸਥਾਨ ਨੇ ਜਦ ਤੱਕ ਆਪਾਂ ਉਹਨਾਂ ਤੋਂ ਨਹੀਂ ਛਡਾਉਂਦੇ ਉਦੋਂ ਤੱਕ ਸਾਡੀ ਕੌਮ ਨਾਲ ਇਹ ਵਧੀਕੀਆਂ ਹੁੰਦੀਆਂ ਰਹਿਣੀਆਂ ਨੇ। ਇਸੇ ਕਰਕੇ ਸਾਡੀ ਜਿਹੜੀ ਪਾਰਟੀ ਆ ਪਿਛਲੇ 40 ਸਾਲ ਤੋਂ ਲੜਾਈ ਲੜਦੀ ਆ ਰਹੀ ਆ, ਸਾਡੀ ਨੌਜਵਾਨੀ ਨੂੰ ਜਗਾਉਂਦੀ ਆ ਰਹੀ ਆ, ਸਾਡੇ ਨਾਲ ਕੀ ਵਧੀਕੀਆਂ ਕੀਤੀਆਂ ਜਾ ਰਹੀਆਂ ਨੇ। ਸਾਡੀ SGPC ਆ ਉਹ ਸਾਰੀ ਖੋਈ ਗਈ ਆ, ਸਾਡੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਥਾਂ ਥਾਂ 'ਤੇ ਬੇਅਦਬੀ ਹੋ ਰਹੀ ਆ,
ਸਰਕਾਰ ਨਹੀਂ ਬੋਲ ਰਹੀ। ਅੱਜ ਭਗਤ ਸਿੰਘ ਦਾ ਮਸਲਾ ਆਇਆ ਉੱਥੇ ਸਾਰੇ ਇਕੱਠੇ ਹੋ ਕੇ ਬੋਲ ਪਏ ਆ ਜੀ ਇਹ ਤਾਂ ਜੀ ਤੁਸੀਂ ਉਲੰਘਣਾ ਕਰਤੀ। ਜਦੋਂ ਤੁਹਾਨੂੰ ਥਾਂ ਥਾਂ 'ਤੇ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਉੱਥੇ ਤੁਸੀਂ ਅੱਜ ਤੱਕ ਕਿਉਂ ਨਹੀਂ ਬੋਲੇ? ਸਾਡੇ ਇੰਨੇ ਨੌਜਵਾਨ ਸ਼ਹੀਦ ਕਰਤੇ ਉੱਥੇ ਕਿਉਂ ਨਹੀਂ ਬੋਲੇ? ਅੱਜ ਬਿੱਟਾ ਵੀ ਮੰਨ ਗਿਆ ਮੱਕੜ ਸਾਹਿਬ ਕੋਲੋਂ, ਕਹਿੰਦਾ ਜੀ 35,000 ਨੌਜਵਾਨ ਸ਼ਹੀਦ ਹੋਇਆ ਜਿਹਦੇ ਵਿੱਚੋਂ 5,000 ਬਈ ਦੂਜਾ ਹਿੰਦੂ ਸੀਗਾ ਅਤੇ 30,000 ਸਿੱਖ ਨੌਜਵਾਨ ਸੀ। ਅਤੇ ਜਦੋਂ ਉਹਨੂੰ ਪੁੱਛਿਆ ਗਿਆ ਵੀ ਕਿਹਨਾਂ ਨੇ ਸ਼ਹੀਦ ਕੀਤਾ ਤਾਂ ਉਦੋਂ ਇਹ ਨਹੀਂ ਬੋਲਿਆ। ਫਿਰ ਇਹਨਾਂ ਨੂੰ ਸਵਾਲ ਕੌਣ ਪੁੱਛੂਗਾ? ਲੋਕ ਪੁੱਛਣਗੇ, ਉਹ ਲੋਕਾਂ ਨੇ ਹੀ ਜਿਹੜਾ ਵਾ ਉਹ ਦੁੱਧ ਦੁੱਧ 'ਤੇ ਪਾਣੀ ਦਾ ਪਾਣੀ ਕਰਨਾ। 84 ਦੇ ਮਸਲੇ ਦੀ ਗੱਲ ਕੀਤੀ ਜਾਵੇ ਤਾਂ 1984 ਤੋਂ ਪਹਿਲਾਂ ਅਤੇ ਬਾਅਦ ਬਹੁਤ ਸਾਰੇ ਜਾਨਾਂ ਨੇ ਜਿਹੜੀਆਂ ਪੰਜਾਬ 'ਚ ਗਈਆਂ ਨੇ। ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਵੱਡਾ ਸੰਘਰਸ਼ ਆ ਜਿਹੜਾ ਉਹ ਉਲੀਕਿਆ ਗਿਆ ਸੀ, ਲੇਕਿਨ ਕਿਤੇ ਨਾ ਕਿਤੇ 84 ਦੇ ਪੀੜਤਾਂ ਨੂੰ ਅੱਜ ਵੀ ਇਨਸਾਫ ਨਹੀਂ ਮਿਲਿਆ। ਕਿਤੇ ਇੱਕਾ ਦੁੱਕਾ ਥਾਵਾਂ 'ਤੇ ਜਿਹੜੀ ਦੋਸ਼ੀਆਂ ਨੂੰ ਸਜ਼ਾ ਹੈ ਜਿਹੜੀ ਉਹ ਦੇ ਦਿੱਤੀ ਗਈ ਹੈ, ਪਰ ਜੋ ਦਿੱਲੀ ਵਿੱਚ ਹੋਇਆ ਜਾਵੇ ਜਾਂ ਜੋ ਕਾਨਪੁਰ ਹੋਇਆ ਜਾਂ ਉਹ ਪੰਜਾਬ ਦੇ ਵਿੱਚ ਜੋ ਲੰਮੇ ਸਮੇਂ ਤੋਂ ਹੋਇਆ, ਪੁਲਿਸ ਨੇ ਫੇਕ ਇਨਕਾਊਂਟਰ ਕੀਤੇ, ਜਿੱਦਾਂ ਕਿ ਪੁਲਿਸ ਅਫਸਰ ਨੇ ਜਿਹੜੇ ਬਾਗੀ ਹੋ ਚੁੱਕੇ ਨੇ, ਜਿਨ੍ਹਾਂ ਨੇ ਵੱਡੇ ਖੁਲਾਸੇ ਕੀਤੇ ਨੇ ਕਿ ਇਹ ਅਫਸਰ ਨੇ ਜਿਹੜੇ ਸ਼ਾਮਿਲ ਸੀ ਉਹਨਾਂ ਦੇ ਨਾਮ ਵੀ ਨੇ, ਫਾਈਲਾਂ ਵੀ ਨੇ, ਤਾਂ ਕੋਈ ਕਾਰਵਾਈ ਆ ਜਿਹੜੀ ਉਹ ਕਿਉਂ ਨਹੀਂ ਹੁੰਦੀ? ਮਾਨ ਸਾਹਿਬ ਨੇ ਪਿੱਛੇ ਜੇ ਕਾਫੀ ਐਵੀਡੈਂਟ ਲਏ ਸੀਗੇ ਜਿਹਨਾਂ ਪਰਿਵਾਰਾਂ ਨਾਲ ਧੱਕਾ ਹੋਇਆ ਜਾਂ ਵਧੀਕੀਆਂ ਹੋਈਆਂ ਨੇ, ਅਤੇ ਉਹਦੇ ਕੇਸ ਜਿਹੜੇ ਅਸੀਂ ਫਾਈਲ ਵੀ ਕੀਤੇ ਸੀਗੇ, ਜਿਹਨਾਂ ਵਿੱਚੋਂ ਕਈ ਜਿਹੜੇ ਹੈਗੇ ਆ ਵੀ ਅਫਸਰਾਂ ਨੂੰ ਸਜ਼ਾ ਵੀ ਹੋਈ ਸੀ। ਪਰ ਜਿਹੜੀ ਗੱਲ ਹੈਗੀ ਆ ਵੀ ਉੱਥੇ ਹੀ ਆਉਂਦੀ ਆ ਵੀ ਜਦੋਂ ਆਪਣੀ ਸਰਕਾਰ ਹੋਊਗੀ, ਆਪਣੇ ਕੌਮ ਦੇ ਹੱਕ ਦੀ ਗੱਲ ਹੋਊਗੀ, ਉਹ ਆਪਾਂ ਤਾਂ ਹੀ ਕਰ ਸਕਦੇ ਹਾਂ ਜਦੋਂ ਤੱਕ ਆਪਣਾ ਕੁਛ ਹੱਥ ਦੇ ਵਿੱਚ ਹੋਊਗਾ, ਨਹੀਂ ਉਨੀ ਦੇਰ ਸਾਡੇ ਕੋਲ ਸੰਘਰਸ਼ ਆ। ਸੰਘਰਸ਼ ਅਸੀਂ ਜਿਹੜਾ ਵਾ ਪੰਜਾਬ ਦੇ ਲੋਕ ਬਹੁਤ ਵਧੀਆ ਕਰਦੇ ਹਾਂ ਅਤੇ ਕਰਦੇ ਆਵਾਂਗੇ, ਪਰ ਗੱਲ ਇਹ ਆ ਵੀ ਹੋਂਦ ਦੀ ਲੜਾਈ ਨਾਲ ਨਾਲ ਸਾਨੂੰ ਰਾਜਨੀਤੀ ਦੇ ਵਿੱਚ ਵੀ, ਜਿਵੇਂ ਗੁਰੂ ਸਾਹਿਬ ਨੇ ਮੀਰੀ ਪੀਰੀ ਕਿਹਾ ਸੀ, ਮੀਰੀ ਪੀਰੀ ਦੇ ਵਿੱਚ ਵੀ ਆਵਾਂਗੇ, ਤਾਂ ਹੀ ਆ ਸਾਡੇ ਕਿੱਡਾ ਵੱਡਾ ਥੱਪੜ ਮਾਰਿਆ। 84 ਦੇ ਵਿੱਚ ਉਹਨਾਂ ਨੇ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ, ਟੈਟਲਰ ਵਰਗੇ ਨੂੰ ਸਾਰਿਆਂ ਨੂੰ ਜ਼ਮਾਨਤਾਂ ਦਿੱਤੀਆਂ। ਉਹ ਤੋਂ ਬਾਅਦ ਉਹਨਾਂ ਨੇ ਇੱਕ ਉੱਥੇ ਜਿਹੜਾ ਵਿਧਵਾ ਕਲੋਨੀ ਬਣਾ ਕੇ ਉੱਥੇ ਸਾਨੂੰ ਇਹ ਜਿਤਾਇਆ ਗਿਆ ਵੀ ਤੁਹਾਡੇ ਇੰਨੇ ਲੋਕ ਅਸੀਂ ਵਿਧਵਾ ਕਰਤੀਆਂ ਸੀ ਬੀਬੀਆਂ। ਸੋ ਕੌਮ ਕਦੋਂ ਸਮਝੂਗੀ, ਕਦੋਂ ਸਾਨੂੰ ਆਪ ਨੂੰ ਦੇਖਣਾ ਪੈਣਾ ਵੀ ਅਸੀਂ ਸਾਡੇ ਹੱਕ ਕੀ ਨੇ, ਅਸੀਂ ਕਰਨਾ ਕੀ ਆ ਅਤੇ ਖੜ੍ਹਨਾ ਕਿਹਨਾਂ ਨਾਲ ਆ? ਅੱਜ ਸਾਨੂੰ ਨੌਜਵਾਨੀ ਨੂੰ ਦੇਖਣਾ ਪੈਣਾ ਵੀ ਸਾਡੇ ਨਾਲ ਕੀ ਵਧੀਕੀਆਂ ਕੀਤੀਆਂ ਨੇ, ਕਿਹਨਾਂ ਨੇ ਕੀਤੀਆਂ ਨੇ? ਇਹਨਾਂ ਨੇ ਤਾਂ ਇੱਕ ਮਖੋਟੇ ਬੰਨੇ ਹੋਏ ਆ, ਅਕਾਲੀਆਂ ਕਾਂਗਰਸੀਆਂ ਨੇ, ਉਹ ਤੁਹਾਨੂੰ ਰੋਜ਼ ਝੂਠ ਮਾਰਦੇ ਆ ਤੁਹਾਡੇ ਸਾਹਮਣੇ ਆ। ਬਿੱਟੇ ਨੇ ਦੂਜਾ ਕਿਸਾਨ ਮੋਰਚੇ ਦੇ ਵਿੱਚ ਕਿਹਾ ਸੀਗਾ ਵੀ ਜੇ ਮੋਦੀ ਸਾਹਿਬ ਵੀ ਬਿੱਲ ਵਾਪਸ ਲੈਂਦੇ ਨੇ ਬੰਦੀ ਸਿੰਘਾਂ ਨੂੰ, ਵੀ ਮੈਂ ਆਪ ਲੈ ਕੇ ਦਊਂਗਾ ਵੀ ਭਾਈ ਚਾਹੇ ਇਹਨਾਂ ਨੇ ਮੇਰੇ ਪੜਦਾਦੇ ਨੂੰ ਮਾਰਿਆ ਪਰ ਮੈਂ ਇਹਨਾਂ ਨੂੰ ਛੱਡ ਦੂੰਗਾ, ਛੱਡ ਵੀ ਮੈਂ ਮਾਫ਼ ਕਰਦਾ। ਅਤੇ ਫਿਰ ਅੱਜ ਕਹਿੰਦਾ ਵੀ ਮੈਂ ਕੀ ਵੀ ਮੈਂ ਨਹੀਂ ਛੱਡਾ ਸਕਦਾ, ਮੈਂ ਮਰਦੇ ਦਮ ਤੱਕ ਇਹ ਲੜਾਈ ਲੜੂੰਗਾ। ਫਿਰ ਇਹ ਦੋਗਲੀ ਰਾਜਨੀਤੀ ਕਿਹਦੇ ਲਈ ਹੈ? ਕਿਹਨਾਂ ਨੂੰ ਇਹ ਕਮਲੇ ਬਣਾ ਰਹੇ ਨੇ? ਸਾਡੀ ਨੌਜਵਾਨੀ ਨੂੰ ਇਹ ਸਮਝਣਾ ਚਾਹੀਦਾ। ਇਹ ਸਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਅੰਮ੍ਰਿਤਪਾਲ ਸਿੰਘ ਛੰਦੜਾਂ, ਜਿਨ੍ਹਾਂ ਵੱਲੋਂ ਸਿਮਰਨਜੀਤ ਸਿੰਘ ਮਾਨਦੇਵ ਸ਼ਹੀਦ ਭਗਤ ਸਿੰਘ ਬਾਰੇ ਬਿਆਨ 'ਤੇ ਗੱਲਬਾਤ ਕੀਤੀ ਗਈ ਹੈ ਅਤੇ ਆਪਣੇ ਪਾਰਟੀ ਦਾ ਸਟੈਂਡ ਆ ਜਿਹੜਾ ਉਹ ਸਪਸ਼ਟ ਕੀਤਾ ਗਿਆ। ਨਾਲ ਹੀ ਪੰਜਾਬ ਦੀ ਰਾਜਨੀਤੀ ਵਿੱਚ ਆਮ ਆਦਮੀ ਪਾਰਟੀ ਦੇ ਕਾਰਜਾਂ ਬਾਰੇ ਗੱਲਬਾਤ ਆ ਜਿਹੜੀ ਉਹ ਕੀਤੀ ਗਈ ਹੈ। SGPC ਸ਼੍ਰੋਮਣੀ ਅਕਾਲੀ ਦਲ ਬਾਦਲ ਬਾਰੇ ਗੱਲਬਾਤ ਕੀਤੀ ਗਈ ਹੈ। ਨਾਲ ਹੀ ਉਹਨਾਂ ਵੱਲੋਂ ਬੇਅਦਬੀ ਦੇ ਮੁੱਦੇ 'ਤੇ ਵੀ ਗੱਲਬਾਤ ਕੀਤੀ ਗਈ ਹੈ ਕਿ ਸਰਕਾਰਾਂ ਬਦਲ ਗਈਆਂ ਨੇ, ਜਦ ਤੱਕ ਕੌਮ ਇੱਕਜੁੱਟ ਨਹੀਂ ਹੁੰਦੀ ਉਦੋਂ ਤੱਕ ਬੇਅਦਬੀ ਦੇ ਮੁੱਦੇ ਉੱਤੇ ਇਨਸਾਫ ਨਹੀਂ ਮਿਲੇਗਾ।